ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪਹਿਲਾਂ ਵੀ ਵਿਵਾਦਾਂ 'ਚ ਰਹਿ ਚੁੱਕਾ ਗੁਰਾਇਆ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਸਰਗੁੰਦੀ ਦਾ ਸੰਪੂਰਨ ਪੋਲਟਰੀ ਫਾਰਮ ਇੱਕ ਵਾਰ ਫਿਰ ਤੋਂ ਵਿਵਾਦਾਂ 'ਚ ਉਸ ਵੇਲੇ ਆ ਗਿਆ ਜਦ ਪੋਲਟਰੀ ਫਾਰਮ 'ਚ ਵੈਸਟ ਤੇ ਗੰਦੇ ਪਾਣੀ ਲਈ ਬਣਾਈ ਹੋਦੀ 'ਚ ਪਿੰਡ ਦੇ ਹੀ ਨੌਜਵਾਨ ਜੋ ਇੱਥੇ ਡਰਾਈਵਰੀ ਦਾ ਕੰਮ ਕਰਦਾ ਸੀ ਉਸ ਦੀ ਅਚਾਨਕ ਹੋਦੀ 'ਚ ਡਿੱਗਣ ਨਾਲ ਮੌਤ ਹੋ ਗਈ। ਲੇਕਿਨ ਉਹ ਪਾਣੀ ਦੀ ਹੋਦੀ 'ਚ ਡਿੱਗਿਆ ਕਿਸ ਤਰ੍ਹਾਂ, ਇਹ ਗੱਲ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਲਈ ਇੱਕ ਸਵਾਲ ਬਣਿਆ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਪੋਲਟਰੀ ਫਾਰਮ 'ਚ 2-3 ਮਹੀਨਿਆਂ ਤੋਂ ਟਰੈਕਟਰ ਡਰਾਈਵਰੀ ਦਾ ਕੰਮ ਕਰਦਾ ਸੀ ਜੋ ਪੋਲਟਰੀ ਫਾਰਮ ਦਾ ਗੰਦਾ ਪਾਣੀ ਬਾਹਰ ਪਿੰਡ 'ਚ ਸੁੱਟਦਾ ਸੀ। ਪੋਲਟਰੀ ਫਾਰਮ 'ਚ ਕੰਮ ਕਰਨ ਵਾਲੇ ਰਾਜੂ ਤੇ ਗਾਰਡ ਹੰਸਰਾਜ ਦੇ ਦੱਸਣ ਮੁਤਾਬਕ ਮ੍ਰਿਤਕ ਬਲਕਾਰ ਸਿੰਘ ਗੰਦਾ ਪਾਣੀ ਟਰੈਕਟਰ ਟੈਂਕਰ 'ਚ ਭਰਦੇ ਸਮੇਂ ਹੋਦੀ ਦੇ ਕੋਲ ਖੜਾ ਸੀ ਜੋ ਖੜਾ ਖੜਾ ਅਚਾਨਕ ਪਾਣੀ ਦੀ ਹੋਦੀ 'ਚ ਜਾ ਡਿੱਗਿਆ, ਜਿਸ ਨੂੰ ਜਦੋਂ ਹੋਦੀ 'ਚੋਂ ਕਾਫੀ ਮੁਸ਼ਕਲਾਂ ਦੇ ਨਾਲ ਬਾਹਰ ਕੱਢਿਆ ਤਾਂ ਉਸ ਨੂੰ ਪਹਿਲਾਂ ਫਗਵਾੜਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ ਪਰ ਉਹਨਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਜਿਸ ਦੀ ਰਾਸਤੇ 'ਚ ਹੀ ਮੌਤ ਹੋ ਗਈ। ਸਰ ਉਹ ਬਲਕਾਰ ਪਾਣੀ ਨਿਕਾਲ ਰਿਹਾ ਥਾ ਤੋ ਵਹਾਂ ਗੱਡੀ ਕੇ ਬਾਹਰ ਖੜਾ ਥਾ, ਅਚਾਨਕ ਉਹ ਪੀਛੇ ਕੋ ਗਿਰਾ, ਉਸਕੋ ਗਿਰਤੇ ਹੀ ਜੋ ਵਹਾਂ ਪੇ ਇੱਕ ਪਾਈਪ ਪੜਾ ਥਾ ਤੋ ਪਾਈਪ ਕੋ ਪਕੜ ਕੇ ਮੈਂ ਕੂਦ ਗਿਆ, ਕੂਦ ਕੇ ਉਸਕੋ ਨਿਕਾਲ ਲਿਆ, ਉਸਕੇ ਸਾਂਸ ਚੱਲ ਰਹੀ ਥੀ, ਤੁਰੰਤ ਉਸਕੋ ਹਮ ਲੋਗ ਲੇਕਰ ਹਸਪਤਾਲ ਭਾਗੇ। ਹਸਪਤਾਲ ਲੈ ਜਾਤੇ ਵਕਤ ਰਾਸਤੇ ਮੈਂ ਉਸਕੀ ਜੋ ਇੱਕ ਜਗ੍ਹਾ ਲੇਕਰ ਗਏ ਬਾੜਾ ਹਸਪਤਾਲ ਮੈਂ, ਉਸਕੇ ਬਾਅਦ ਵਹਾਂ ਸੇ ਰਿਫਰ ਕੀਆ ਦੂਸਰਾ ਹਸਪਤਾਲ ਪਹੁੰਚਤੇ ਵਕਤ ਰਾਸਤੇ ਮੈਂ ਡੈਡ ਹੋ ਗਏ ਉਸਕੀ। ਬਾਰਾਂ ਤੋਂ 10 ਮਿੰਟ ਪਹਿਲਾਂ ਦੀ ਗੱਲ ਹੈ। ਅੱਛਾ ਜੀ, ਕਿਹੜੇ ਪਿੰਡ ਦਾ ਸੀਗਾ ਉਹ? ਸੰਗਰੂੰਦੀ ਦਾ ਜੀ। ਠੀਕ ਹੈ, ਡਿੱਗਿਆ ਕਿੱਦਾਂ ਇਹਦੇ ਵਿੱਚ? ਡਿੱਗਿਆ ਸੀ, ਅਚਾਨਕ ਖੜਾ ਸੀ ਉਹ, ਮਤਲਬ ਪਿੱਛੇ ਨੂੰ ਡਿੱਗ ਪਿਆ ਅਤੇ ਉਹਨੂੰ ਇਹ ਨਹੀਂ ਪਤਾ ਵੀ ਕੀ ਗੱਲ ਹੋਈ ਹੈ, ਕੀ ਬਾਤ ਹੋਈ ਹੈ। ਅੱਛਾ, ਹਾਂਜੀ, ਅਤੇ ਉਹ ਪਿੱਛੇ ਡਿੱਗ ਕੇ ਉਹ ਵਿੱਚ ਉੱਪਰ ਪਾਣੀ ਦੇ ਨਹੀਂ ਆਇਆ ਵਾਪਸ। ਅਤੇ ਕੀ ਇੱਥੇ ਕੀ ਕਾਰਨ ਕੀ ਆਇਆ ਸੀਗਾ ਜੀ? ਉਹ ਟਰੈਕਟਰ ਚਲਾਉਂਦਾ ਜੀ, ਟਰੈਵਰੀ ਕਰਦਾ ਜੀ। ਇੱਥੋਂ ਕੀ ਨਹੀਂ ਕੀ ਕਾਰਨ ਕੀ ਆਇਆ ਸੀਗਾ ਇੱਥੇ? ਇੱਥੇ ਉਹ ਖੜਾ ਸੀ ਆ ਕੇ ਜੀ। ਹਾਂਜੀ ਹਾਂਜੀ, ਅਤੇ ਟਰੈਕਟਰ ਦੇ ਵਿੱਚ ਕੀ, ਇੱਥੇ ਫੈਕਟਰੀ ਦੇ ਵਿੱਚ ਕੀ? ਫੈਕਟਰੀ 'ਚੋਂ ਪਾਣੀ ਲੋਡ ਕਰਕੇ ਲਿਆਉਂਦਾ ਜੀ, ਬਾਹਰ ਖਾਲੀ ਕਰਦਾ ਜੀ। ਪਾਣੀ ਕਿਹੜਾ ਹੈ ਜੀ, ਵੇਸਟ ਪਾਣੀ ਹੈ ਕੀ? ਹਾਂ, ਵੇਸਟ ਪਾਣੀ ਹੈ। ਸਰਗੁੰਦੀ ਦੇ ਸਾਬਕਾ ਸਰਪੰਚ ਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਨੇਤਾ ਰਾਮ ਸਰੂਪ ਸਰੋਏ ਨੇ ਕਿਹਾ ਕਿ ਇਹ ਪੋਲਟਰੀ ਫਾਰਮ ਜਦੋਂ ਦਾ ਇੱਥੇ ਖੁੱਲਿਆ ਹੈ ਉਦੋਂ ਤੋਂ ਹੀ ਉਹਨਾਂ ਦੇ ਪਿੰਡ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਪਿੰਡ 'ਚ ਚਮੜੀ ਰੋਗ ਇਸ ਪੋਲਟਰੀ ਫਾਰਮ ਨਾਲ ਫੈਲ ਗਿਆ ਸੀ ਤੇ ਹੁਣ ਇਹਨਾਂ ਦੀ ਅਣਗਹਿਲੀ ਅਤੇ ਕਾਨੂੰਨ ਨੂੰ ਛਿੱਕੇ ਟਾਂਕੇ ਕਰਵਾਏ ਜਾ ਰਹੇ ਕੰਮ ਦੇ ਕਾਰਨ ਉਹਨਾਂ ਦੇ ਪਿੰਡ ਦਾ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਫਾਰਮ 'ਚ ਲੱਗੇ CCTV ਕੈਮਰੇ ਚੈੱਕ ਕੀਤੇ ਤਾਂ ਉਹ ਚੱਲਦੇ ਹੀ ਨਹੀਂ। ਉਹਨਾਂ ਪ੍ਰਸ਼ਾਸਨ ਤੋਂ ਇਸ ਫਾਰਮ 'ਤੇ ਇੱਥੇ ਵਰਤੀ ਜਾ ਰਹੀ ਲਾਪਰਵਾਹੀ ਦੀ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਤਾਂ ਜੋ ਅੱਗੇ ਕੋਈ ਹੋਰ ਅਣਸੁਖਾਵੀ ਘਟਨਾ ਨਾ ਵਾਪਰੇ। ਟੈਂਕ ਦੇ ਵਿੱਚ ਡੁੱਬ ਕੇ ਉਹਦੀ ਡੈਥ ਹੋ ਗਈ ਔਰ ਮੇਰੇ ਇੱਥੇ ਪਹੁੰਚਣ 'ਤੇ ਜਿਸ ਲੜਕੇ ਨੇ ਉਹਨੂੰ ਕੋਸ਼ਿਸ਼ ਕੀਤੀ ਕਿ ਉਹ ਬਚ ਜਾਏ, ਉਹ ਮੇਰੇ ਨਾਲ ਖੜਾ ਹੈ, ਇਹਨੇ ਮੈਨੂੰ ਦੱਸਿਆ ਕਿ ਉਹ ਟੈਂਕ ਮਤਲਬ ਬਿਲਕੁਲ ਉਹਦੇ ਵਿੱਚ ਕੋਈ ਸੇਫਟੀ ਨਹੀਂ, ਉਹਦੇ ਵਿੱਚ ਕੋਈ ਸੀੜੀ ਨਹੀਂ, ਕੋਈ ਮਤਲਬ ਡਿਸਪੋਜ਼ਲ ਪੁਆਇੰਟ ਨਹੀਂ ਔਰ ਇਹ ਲੜਕੇ ਨੇ ਮਤਲਬ ਹਿੰਮਤ ਕੀਤੀ ਉਹਨੂੰ ਬਾਹਰ ਕੱਢਣ ਦੀ, ਲੇਕਿਨ ਕੱਢ ਤਾਂ ਗਿਆ ਲੇਕਿਨ ਬਚਾ ਨਹੀਂ ਪਾਇਆ। ਇਹ ਸਾਡੇ ਲਈ ਬੜੀ ਹੀ, ਮੈਂ ਜਿੱਥੇ ਕਰੋੜਾਂ ਰੁਪਈਆ ਲਾ ਕੇ ਇਹਨਾਂ ਨੇ ਫੈਕਟਰੀ ਬਣਾਈ ਆ ਉੱਥੇ ਪਾਣੀ ਦੇ ਨਿਕਾਸ ਦਾ ਕੋਈ ਇੰਤਜ਼ਾਮ ਨਹੀਂ ਰੱਖਿਆ। ਦੂਸਰਾ, ਇਸ ਫੈਕਟਰੀ ਬਾਰੇ ਪਹਿਲਾਂ ਵੀ ਵੱਖ ਵੱਖ ਤਰ੍ਹਾਂ ਦੀ ਪਿੰਡ ਵਾਲਿਆਂ ਵੱਲੋਂ ਇਲਜ਼ਾਮ ਲਗਾਏ ਗਏ ਕਿਉਂਕਿ ਇੰਨੀ ਗੰਦੀ ਸਮੈਲ ਜਿਹੜੀ ਹੈ ਔਰ ਇੰਨੀ ਸਮੈਲ ਜਿਹੜੀ ਇੱਥੋਂ ਪਿੰਡ ਵੱਲ ਜਾਂਦੀ ਹੈ, ਜਦੋਂ ਪਾਣੀ ਹਵਾ ਇਧਰ ਪਿੰਡ ਵੱਲ ਜਾਂਦੀ ਹੈ ਤਾਂ ਪਿਛਲੇ ਦਿਨੀ ਸਾਡੇ ਪਿੰਡ ਦੇ ਵਿੱਚ ਚਮੜੀ ਦੇ ਰੋਗ ਦੀ ਜਿਹੜੀ ਆ ਵੱਡੀ ਮਾਤਰਾ ਵਿੱਚ ਬਿਮਾਰੀ ਫੈਲੀ ਅਤੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਵੀ ਇੱਥੇ ਦਿੱਤਾ। ਇੰਡਸਟਰੀ ਲਾ ਦੇ ਮੁਤਾਬਕ ਇਹਦੇ ਵਿੱਚ ਜਿਹੜਾ ਸਾਰਾ ਹੀ ਇੰਤਜ਼ਾਮ ਹੋਵੇ, ਨਹੀਂ ਤਾਂ ਇਹਨੂੰ ਫੈਕਟਰੀ ਨੂੰ ਬੰਦ ਕੀਤਾ ਜਾਵੇ। ਮੈਂ ਪੋਲਿਊਸ਼ਨ ਬੋਰਡ ਨੂੰ ਵੀ, ਇੰਡਸਟਰੀਅਲ ਕਾਰਪੋਰੇਸ਼ਨ ਨੂੰ ਵੀ ਔਰ ਜਿੰਨੇ ਵੀ ਅਦਾਰੇ ਆ ਜਿਹੜੇ ਰਿਲੇਟਡ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਮੀਜੀਏਟ ਇਸ ਫੈਕਟਰੀ ਨੂੰ ਚੈੱਕ ਕੀਤਾ ਜਾਵੇ ਔਰ ਮਨੁੱਖੀ ਅਧਿਕਾਰਾਂ ਦਾ ਜੋ ਹਨਨ ਹੋ ਰਿਹਾ ਉਹਨੂੰ ਹਮੇਸ਼ਾ ਹਮੇਸ਼ਾ ਵਾਸਤੇ ਖਤਮ ਕਰਨ ਦੇ ਲਈ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਲਈ ਔਰ ਫੈਕਟਰੀ ਐਕਟ ਦੇ ਮੁਤਾਬਕ ਸਾਰੀਆਂ ਜਿਹੜੀਆਂ ਇਹ ਜ਼ਿੰਮੇਵਾਰੀਆਂ
ਉਹ ਜੇਕਰ ਨਹੀਂ ਪੂਰੀਆਂ ਕਰਦੇ ਤਾਂ ਇਹ ਇੰਸਪੈਕਟਰ ਨੂੰ ਇਮੀਡੀਏਟ ਤਾਲ ਲੱਗਣਾ ਚਾਹੀਦਾ। ਇਸ ਮਾਮਲੇ ਸੰਬੰਧੀ ਗੁਰਾਇਆ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮ੍ਰਿਤਕ ਬਲਕਾਰ ਸਿੰਘ ਦੇ ਪਰਿਵਾਰਕ ਮੈਂਬਰ ਵਿਦੇਸ਼ 'ਚ ਹਨ ਅਤੇ ਉਹਨਾਂ ਦੇ ਆਉਣ ਤੇ ਹੀ ਸੰਸਕਾਰ ਕੀਤਾ ਜਾਵੇਗਾ। ਲਾਸ਼ ਨੂੰ ਬੜਾ ਪਿੰਡ ਵਿਖੇ ਰੱਖਿਆ ਗਿਆ ਹੈ। ਬਲਕਾਰ ਸਿੰਘ ਸਾਨੂੰ ਸੁਰਜੀਤ ਸਿੰਘ ਸਰਬੰਧੀ ਦਾ ਰਹਿਣ ਵਾਲਾ ਮੁੰਡਾ ਹੈ ਜੀ, 33 ਸਾਲ ਦੀ ਉਮਰ ਹੈ। ਇੱਕ ਸੰਪੂਰਨ ਪੋਲਟਰੀ ਫੈਕਟਰੀ ਹੈ ਜੀ, ਉੱਥੇ ਇਹ ਡਰਾਈਵਰੀ ਦਾ ਕੰਮ ਕਰਦਾ ਸੀ, ਟਰੈਕਟਰ ਚਲਾਉਂਦਾ ਸੀ। ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਜੀ, ਇਹ ਇੱਕ ਖੱਡਾ ਸੀਗਾ 13 ਫੁੱਟ ਦਾ, ਉਹਦੇ ਕੋਲੇ ਖੜ੍ਹਾ ਸੀ, ਸ਼ਾਇਦ ਕੋਈ ਦਾ ਬੈਲੈਂਸ ਵਿਗੜਿਆ, ਕੀ ਹੋਇਆ ਇਹ ਉਹ ਖੱਡੇ ਦੇ ਵਿੱਚ ਗਿਰ ਗਿਆ, ਜਿਹਦੇ ਵਿੱਚ ਕੀ ਪਾਣੀ ਜਮ੍ਹਾਂ ਸੀ, ਉੱਥੇ ਡੁੱਬਣ ਕਾਰਨ ਜਿਹੜੀ ਇਹਦੀ ਮੌਤ ਹੋ ਗਈ ਹੈ ਜੀ। ਹੋਸਪਿਟਲ ਇਹਨੂੰ ਲੈ ਕੇ ਗਏ ਸੀ, ਉੱਥੇ ਇਹਨਾਂ ਨੇ ਡੈਡ ਕਲੀਅਰ ਕਰਤਾ। ਅਤੇ ਇਹਦੀ ਡੈਡ ਬੋਡੀ ਜੀ, ਇਹਦੀ ਡੈਡ ਬੋਡੀ ਜਿਹੜੀ ਹੈਗੀ ਹੈ ਜੀ, ਆਪਣੇ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਹੈ, ਅਤੇ ਅੱਜ ਇਹਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਹੋਈ ਸੀ, ਉਹ ਸ਼ਹਿਰ ਸੰਸਕਾਰ ਕਰ ਰਹੇ ਜੀ। ਸਰ ਇਹਦੀ ਕੋਈ CCTV ਫੁਟੇਜ ਵਗੈਰਾ ਚੈੱਕ ਹੋਈ? CCTV ਫੁਟੇਜ ਆਪਾਂ ਕੱਲ੍ਹ ਗਏ ਸੀ ਜੀ, ਜਿਹੜਾ ਕਿ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੇ ਇਹਨਾਂ ਦੇ ਜਿਹੜੇ ਕੈਮਰੇ ਆ ਉਹ 4-5 ਦਿਨ ਤੋਂ ਵਰਕ ਨਹੀਂ ਸੀ ਕਰ ਰਹੇ। ਗੁਰਾਇਆ ਤੋਂ ਮਨੀਸ਼ ਕੌਸ਼ਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।